ਜਿੰਨੀਆਂ ਵੀ ਪਾਕ ਹਸਤੀਆਂ ਨੇ ਆਪਣੇ ਨਾਨੇ ਤੇ ਪਹਿਲਾਂ ਈਮਾਨ ਲੈ ਕੇ ਆਏ ਨੇ, ਪਹਿਲਾਂ ਕਲਮਾ ਸ਼ਰੀਫ ਪੜ੍ਹ ਕੇ ਮੁਸਲਮਾਨ ਹੋਏ ਤੇ ਅਹਿਲੇ ਬੈਤੇ ਪਾਕ ਨੂੰ 4-5 ਸ਼ਰਫ ਹਾਸਲ ਹੋਏ। ਕਿਹੜੇ ਕਿਹੜੇ? ਇੱਕ ਹਜ਼ੂਰ ਦੀ ਉਮਤ ਵੀ ਨੇ, ਪਿਆਰ ਨਾਲ ਕਿਹਾ ਸੁਭਾਨ ਅੱਲਾਹ, ਉਹ ਦੀਦਾਰੇ ਮੁਸਤਫਾ ਦੀ ਵਜ੍ਹਾ ਨਾਲ ਹਜ਼ੂਰ ਦੇ ਸਹਾਬੀ ਵੀ ਬਣੇ ਔਰ ਹਜ਼ੂਰ ਦੇ ਖੂਨ ਹੋਣ ਦੀ ਵਜ੍ਹਾ ਨਾਲ ਹਜ਼ੂਰ ਦੀ ਅਹਿਲੇ ਬੈਤੇ ਪਾਕ ਵੀ ਬਣੇ। ਦੋਨਾਂ ਕਹਿ ਵਹਾਣ ਤੇ ਇਤਨੇ ਸ਼ਰਫ ਅਹਿਲੇ ਬੈਤੇ ਪਾਕ ਨੂੰ ਮਿਲੇ ਨੇ, ਤੂੰ ਆਪ ਆਪਣੀ ਆਪਣੀ ਜ਼ਬਾਨ ਨਾਲ ਉਹਨਾਂ ਦੀ ਸ਼ਰਫ ਸ਼ਰਫ ਘਟਾਉਣਾ ਚਾਹੁੰਦਾ? ਤੂੰ ਤੇ ਇੰਜ ਬਿਆਨ ਕਰਦਾ ਕਿ ਅਹਿਲੇ ਬੈਤੇ ਪਾਕ ਉਹ ਨੇ ਜਿਹੜੇ ਸਾਹਬੀ ਰਸੂਲ ਵੀ ਨੇ, ਉਮਤ ਮੁਸਤਫਾ ਵੀ ਨੇ, ਪਿਆਰ ਨਾ ਪਿਆਰ ਨਾ ਕਿਹਾ ਸੁਹਾਨ ਅੱਲਾ, ਔਰ ਖੂਨੇ ਰਸੂਲ ਵੀ ਨੇ। ਬੋਲਦੇ ਜ਼ਰਾ ਨਾ ਡਰ ਕੇ ਹੋ ਤੁਸੀਂ, ਜਿੰਨਾ ਬੋਲੋਗੇ ਨਾ ਉਹਨਾਂ ਕਰੋਨਾ ਦੂਰ ਹੋਏਗਾ। ਦੋਨਾਂ ਕਹਿ ਚਲੋ ਕਰੋਨਾ ਤੋਂ ਡਰ ਕੇ, ਕਈਆਂ ਬੰਦਿਆਂ ਨੇ ਰਜੂ ਕਰ ਲਿਆ ਕਰੋਨਾ ਤੋਂ ਡਰ ਕੇ, ਅੱਲਾ ਤੋਂ ਨਹੀਂ ਡਰੇ ਹੋ। ਕਲਿੱਪ ਆਇਆ ਜੀ ਮੈਂ ਬਿਮਾਰ ਹਾਂ, ਮੈਂ ਰਜੂ ਕਰ ਰਿਹਾ ਤੇ ਮੈਂ ਉਹਨਾਂ ਨੂੰ ਕਹਿੰਦਾ ਹਜ਼ਰਤ ਕਰੋਨਾ ਦੀ ਵਜ੍ਹਾ ਨਾਲ ਰਜੂ ਨਾ ਕਰੋ, ਹਜ਼ੂਰ ਦਾ ਖੌਫ ਕੋਈ ਨਹੀਂ, ਨਬੀ ਪਾਕ ਦੀ ਵਜ੍ਹਾ ਨਾਲ ਰਜੂ ਕਰੋ ਅਗਰ ਕਰਨਾ ਹੈ, ਕਿਉਂਕਿ ਅੱਜ ਰਿਵਾਜ ਬਣ ਗਿਆ ਨਾ ਸੁਬਾਹ ਬੇਦਬੀ ਕਰਦੇ ਆ ਰਾਤੀ ਰਜੂ ਕਰ ਲੈਂਦੇ, ਆਸਾਨ ਤਰੀਕਾ ਹੈ। ਮੈਂ ਇਸ ਚੀਜ਼ ਦੇ ਵੀ ਮੁਖਾਲਫਤ ਕਰਦਾ, ਪਹਿਲਾ ਮੋਮਨ ਉਹ ਹੈ ਕਿ ਮੋਮਨ ਹੁੰਦਾ ਕੌਣ ਹੈ ਜਿਹਦੀ ਜ਼ਬਾਨ ਫਿਸਲ ਜਾਏ ਔਰ ਕਿਸੇ ਹਸਤੀ ਦੇ ਬਾਰੇ ਵਿੱਚ ਉਹ ਬੇਦਬੀ ਕਰ ਜਾਏ, ਫਿਰ ਮੋਮਨ ਕਰਦਾ ਤੇ ਜ਼ਬਾਨ ਨੂੰ ਕੰਟਰੋਲ ਕਰ, ਇਤਿਆਤ ਕਰ ਇਸ ਚੀਜ਼ ਦੇ ਉੱਤੇ ਕਿ